ਅਸੀਂ 6 ਸਤੰਬਰ ਜਨਵਰੀ ਨੂੰ ਗੁਰਦੁਆਰਾ ਆਮਦ ਸਾਹਿਬ ਵਿਖੇ ਕੌਮੀ ਇਨਸਾਫ ਮੋਰਚਾ ਲਾਣ ਜਾ ਰਹੇ ਹੁਣ ਇਹ ਮੋਰਚਾ ਉੱਥੇ ਤੱਕ ਸੀਮਿਤ ਰਹੂਗਾ ਜਾਂ ਫਿਰ ਅੱਗੇ ਕਿਸ ਚੰਡੀਗੜ੍ਹ ਨੂੰ ਪਹੁੰਚੀਤਾ ਜਾਊਗਾ ਜਿਹੜਾ ਸੈਂਟਰ ਸਿਕਰਦੇ ਅਧਿਕਾਰ ਖੇਤਰ ਚ ਮੁੱਦੇ ਉਹਨਾਂ ਦਾ ਇਨਸਾਫ ਸਾਨੂੰ ਸੈਂਟਰ ਵੱਲੋਂ ਚਾਹੀਦਾ ਜਿਹੜੇ ਪੰਜਾਬ ਸਰਕਾਰ ਦੇ ਅੰਦਰ ਹੈ ਉਹ ਪੰਜਾਬ ਸਰਕਾਰ ਵੱਲੋਂ ਚਾਹੀਦੇ ਇਸ ਕਰਕੇ ਦੋਵੇਂ ਸਰਕਾਰਾਂ ਦੇ ਖਿਲਾਫ ਮੋਰਚਾ ਹੈ ਕਹ ਰਹੇ ਬੈਬਲ ਕਲਾ ਗੋਲੀ ਕਾਂਡ ਦੇ ਵਿੱਚ ਤਾਂ ਇਨਸਾਫ ਚਾਹੀਦਾ ਕੋਟਪੂਰਾ ਗੋਲੀ ਕਾਂਡ ਤੇ ਇਨਸਾਫ ਚਾਹੀਦਾ ਉਸ ਲਈ ਤਾਂ ਐਸਆਈਟੀ ਬਣੀ ਹੋਈ ਹੈ ਨੇ ਲਗਾਤਾਰ ਐਸਆਈਟੀ ਇਨਕੁਆਇਰੀ ਵੀ ਕਰ ਰਹੀ ਹੈ ਬਿਲਕੁਲ ਨਹੀਂ ਇਨਸਾਫ ਮਿਲ ਰਿਹਾ ਐ ਇੰਨੀ ਧੀਰ ਹੋ ਗਿਆ ਉਹ ਦੋ ਸਿੰਘ ਸ਼ਹੀਦ ਹੋ ਗਏ ਸੀ ਕਿ ਇੰਨੀ ਧੀਰ ਇਨਸਾਫ ਆਸਤੇ ਲੱਗਦੀ ਹੈ ਜੇ ਇਨਸਾਫ ਬੈਬਲ ਕਨਾ ਦਾ ਮਿਲਦਾ ਤਾਂ ਅੱਜ ਬੈਬਲ ਕਨਾ ਮੋਰਚਾ ਕਿਉਂ ਲੱਗਿਆ ਹੋਵਦਾ ਟਿੰਗਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ ਉਹ ਚਕਤਾਰ ਸਿੰਘ ਹਵਾਰਾ ਨਾਲ ਤੁਸੀਂ ਟੱਚ ਲੈਂਦੇ ਹੋ ਤੁਹਾਨੂੰ ਚਿੱਠੀ ਪੇਉਂਦੀ ਆ ਉਹਨਾਂ ਦੀ ਚਿੱਠੀ ਜਿਉਂ ਵੀ ਹੁਕਮ ਮੰਨ ਕੇ ਇਹ ਸੰਗਤਾਂ ਏਡਾ ਬੜਾ ਸਾਥ ਦੇ ਰਹੀਆਂ ਕੌਮੀ ਇਨਸਾਫ ਮੋਰਚਾ ਹੁਣ ਫੇਰ ਨਵੇਂ ਮੋਰਚੇ ਨੂੰ ਉਲੀਕਣ ਜਾ ਰਿਹਾ ਹੈ ਕਹਿ ਰਹੇ ਨੇ ਕਿ 7 ਤਰੀਕ ਨੂੰ ਮੋਰਚਾ ਉਲੀਕਿਆ ਜਾਏਗਾ ਅਸਲ ਮੁੱਦੇ ਗ੍ਰਹਿਣ ਕਿ ਇਸ ਮੋਰਚੇ ਤੇ ਸਾਡੇ ਨਾਲ ਗੱਲ ਕਰਨ ਲਈ ਬਾਬਾ ਗੁਰਚਰਨ ਸਿੰਘ ਮੌਜੂਦ ਨੇ ਗੁਰਚਰਨ ਸਿੰਘ ਜੀ ਅਕਸਰ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਾਈ ਕਰਦੇ ਤੁਹਾਨੂੰ ਦੇਖਿਆ ਗਿਆ ਪਰ ਹੁਣ ਜਿਹੜਾ ਮੋਰਚਾ 7 ਤਰੀਕ ਨੂੰ ਉਲੀਕ ਰਹੇ ਹਾਂ ਕੀ ਮੁੱਦੇ ਰਹਿਣਗੇ ਉਸ ਮੋਰਚੇ ਦੇ ਵਿੱਚ ਕਿਹਨਾ ਮੋਰਚਾ ਨੇ ਲੈ ਕੇ ਕਿਹਨਾ ਮੁੱਦਿਆਂ ਨੂੰ ਲੈ ਕੇ ਮੋਰਚਾ ਜਿਹੜਾ ਲਿਖਿਆ ਜਾਊਗਾ ਦੇਖੋ ਜਿਹੜਾ ਕੌਮੀ ਇਨਸਾਫ ਮੋਰਚਾ ਇਹ ਤਕਰੀਬਨ 3 ਮਹੀਨਿਆਂ ਤੋਂ ਲਿਖਿਆ ਗਿਆ ਇਸ ਤੇ ਬੱਖ-ਬੱਖ ਜਥੇਬੰਦੀਆਂ ਦੀ ਰੈ ਲਈ ਗਈਆਂ ਮੀਟਿੰਗਾਂ ਕੀਤੀਆਂ ਜਿਨ੍ਹਾਂ ਨੇ ਸਾਰੀ ਜਥੇਬੰਦੀਆਂ ਨੇ ਸਾਨੂੰ ਸਹਿਮਤੀ ਦਿੱਤੀ ਹੈ ਅਤੇ ਇਹ ਨਾ ਚਾਰ ਮੁੱਦੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਤੇ 2015 ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮੁੱਦਾ ਤੇ ਬਹਿਵਲ ਕਲਾਂ ਤੇ ਕੋਟਕਬਾਰਾ ਗੋਲੀ ਕਾਂਡ ਦੇ ਇਨਸਾਫ਼ ਦਾ ਮੁੱਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਲਾਪਤਾ ਸਰੂਪਾਂ ਦਾ ਮੁੱਦਾ ਉਹ ਚਾਰ ਮੁੱਦੇ ਕੌਮੀ ਇਨਸਾਫ਼ ਮੋਰਚੇ ਚ ਸ਼ਾਮਲ ਹੈ ਇਹਨਾਂ ਦੇ ਹੱਕ ਲੈਣ ਵਾਸਤੇ ਹੀ ਸਰਕਾਰਾਂ ਤੋਂ ਅਸੀਂ ਕਿਉਂਕਿ ਸਰਕਾਰਾਂ ਪਿਛਲੇ ਸਮੇਂ ਤੋਂ ਇਹਨਾਂ ਤੇ ਸਾਨੂੰ ਇਨਸਾਫ ਨਹੀਂ ਦੇ ਰਹੀਆਂ ਤਿੰਨ ਸਰਕਾਰਾਂ ਬਦਲ ਚੁੱਕੀਆਂ ਇਸ ਕਰਕੇ ਅਸੀਂ 7 ਜਨਵਰੀ ਨੂੰ ਗੁਰਦੁਆਰਾ ਅੰਬਸਾਹਬ ਵਿਖੇ ਕੌਮੀ ਇਨਸਾਫ ਮੋਰਚਾ ਲਾਉਣ ਜਾ ਰਹੇ ਪਰ ਕੀ ਇਹ ਮੋਰਚਾ ਉੱਥੇ ਤੱਕ ਹੀ ਸੀਮਿਤ ਰਹੂਗਾ ਜਾਂ ਫਿਰ ਅੱਗੇ ਕਿਸ ਚੰਡੀਗੜ੍ਹ ਵੱਲ ਨੂੰ ਕੂਚ ਕੀਤਾ ਜਾਊਗਾ ਦੂਜਾ ਸਵਾਲ ਇਹਦੇ ਵਿੱਚ ਇਹ ਜਾਂਦਾ ਕਿ ਇਹ ਮੋਰਚਾ ਤੁਹਾਡਾ ਪੰਜਾਬ ਸਰਕਾਰ ਖਿਲਾਫ ਹੋਗਾ ਜਾਂ ਕੇਂਦਰ ਖਿਲਾਫ ਹੋਗਾ ਦੇਖੋ ਉੱਥੇ ਸਿਰਫ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਕੇ ਗੁਰਦੁਆਰਾ ਅੰਬਸਾਹਬ ਇਕੱਠੀ ਕੀਤਾ ਸੰਗਤ ਨੂੰ ਉਹ ਉੱਥੇ ਤੋਂ ਚਾਲੇ ਪਾਣੇ ਆ ਜਿੱਥੇ ਵੀ ਸਰਕਾਰਾਂ ਰੋਕਣਗੀਆਂ ਤੇ ਇਹ ਮੋਰਚਾ ਸੈਂਟਰ ਸਰਕਾਰ ਜਿਹੜਾ ਸੈਂਟਰ ਸਰਕਾਰ ਦੇ ਅਧਿਕਾਰ ਖੇਤਰ ਚ ਮੁੱਦੇ ਉਹਨਾਂ ਦਾ ਇਨਸਾਫ ਸਾਨੂੰ ਸੈਂਟਰ ਵੱਲੋਂ ਚਾਹੀਦਾ ਜਿਹੜੇ ਪੰਜਾਬ ਸਰਕਾਰ ਦੇ ਅੰਦਰ ਉਹ ਪੰਜਾਬ ਸਰਕਾਰ ਵੱਲੋਂ ਚਾਹੀਦੇ ਇਸ ਕਰਕੇ ਦੋਵੇਂ ਸਰਕਾਰਾਂ ਦੇ ਕਲਾਫ ਮੋਰਚਾ ਹੋਏਗਾ ਤੁਸੀਂ ਕਹਿ ਰਹੇ ਹੋ ਬਾਬਲ ਕਲਾ ਗੋਲੀकांड ਦੇ ਵਿੱਚ ਤੁਹਾਨੂੰ ਇਨਸਾਫ ਚਾਹੀਦਾ ਕੋਟਪੂਰਾ ਗੋਲੀकांड ਦੇ ਵਿੱਚ ਇਨਸਾਫ ਚਾਹੀਦਾ ਉਸ ਲਈ ਤਾਂ ਐਸਆਈਟੀ ਬਣੀਆਂ ਹੋਈਆਂ ਨੇ ਲਗਾਤਾਰ ਐਸਆਈਟੀ ਇਨਕੁਆਇਰੀ ਵੀ ਕਰ ਰਹੀ ਆ ਫੇ ਕਿੰਨੇ ਤੁਹਾਨੂੰ ਹੋਰ ਕੀ ਕਿਉਂਕਿ ਕਾਰਵਾਈ ਤਾਂ ਉਹਨਾਂ ਵੱਲੋਂ ਕੀਤੀ ਜਾਣੀ ਕਾਨੂੰਨੀ ਕਾਰਵਾਈ ਉਹਨਾਂ ਦੇ ਹਿਸਾਬ ਨਾਲ ਚੱਲਣੀ ਆ ਫੇ ਹੋਰ ਤੁਹਾਨੂੰ ਕੀ ਕਿਸ ਚੀਜ਼ ਦੀ ਉਮੀਦ ਬਿਲਕੁਲ ਨਹੀਂ ਇਨਸਾਫ ਮਿਲ ਰਿਹਾ ਐ ਇੰਨੀ ਧੀਰ ਹੋ ਗਿਆ ਉਹ ਦੋਦ ਸਿੰਘ ਸ਼ਹੀਦ ਹੋ ਗਏ ਸੀ ਕਿ ਇੰਨੀ ਧੀਰ ਇਨਸਾਫ ਵਾਸਤੇ ਲੱਗਦੀ ਐ ਹੁਣ ਵੀ 2 ਮਹੀਨੇ ਪਹਿਲਾਂ ਇਸ ਆਮ ਆਦਮੀ ਪਾਰਟੀ ਦਾ ਸਪੀਕਰ ਕਲਤਾਰ ਸਿੰਘ ਸੰਤਮਾ ਬੈਵਲ ਕਨਾਰਟ ਤੇ ਗੁਰਗੁਰਾਜ ਸਾਹਿਬ ਦੀ ਹਜ਼ੂਰੀ ਵਿੱਚ ਇਹ ਕਹਿ ਕੇ ਆਏ ਸੀ ਕਿ ਮੈਨੂੰ 1.5 ਮਹੀਨੇ ਦਾ ਸਮਾਂ ਦਿਓ ਇਹ ਮੋਰਚਾ ਹੱਲ ਹੋਏਗਾ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਪਤਾ ਜਾਵੇਗਾ ਪਰ ਹੁਣ 2 ਮਹੀਨੇ ਬੀਤ ਗਏ ਉਹਨਾਂ ਦਾ ਮੰਗਿਆ ਹੋਇਆ 1.5 ਮਹੀਨਾ ਵੀ ਤਕਰੀਬਨ 20 ਦਿਨ ਪਹਿਲਾਂ ਖਤਮ ਹੋ ਚੁੱਕਿਆ ਇਸ ਕਰਕੇ ਸਰਕਾਰਾਂ ਟਰਕਾਉਣ ਦੀ ਗੱਲ ਕਰ ਰਹੀਆਂ ਇਨਸਾਫ ਨਹੀਂ ਦੇ ਰਹੀਆਂ ਜੇ ਇਨਸਾਫ ਬਹਿਵਲ ਕਲਾ ਦਾ ਮਿਲਦਾ ਤਾਂ ਅੱਜ ਬਹਿਵਲ ਕਲਾ ਮੋਰਚਾ ਕਿਉਂ ਲੱਗਿਆ ਹੋਵਦਾ ਇਸ ਕਰਕੇ ਸਰਕਾਰਾਂ ਸਿਰਫ ਲਾਰਿਆਂ ਨਾਲ ਹੀ ਆਪਣਾ ਡੰਗ ਟਪਾਉਂਦੀਆਂ ਇਨਸਾਫ ਨਹੀਂ ਦੇ ਰਹੀਆਂ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ ਜਗਤਾਰ ਸਿੰਘ ਹਵਾਰਾ ਨਾਲ ਤੁਸੀਂ ਇੰਟੈਕਟ ਰਹਿੰਦੇ ਹੋ ਤੁਹਾਨੂੰ ਚਿੱਠੀ ਵਿਉਂਦੀ ਆ ਕੀ ਹੁਣ ਇਸ ਵੇਲੇ ਕੋਈ ਜਗਤਾਰ ਸਿੰਘ ਹਵਾਰਾ ਦੀ ਚਿੱਠੀ ਤੁਹਾਡੇ ਕੋਲ ਪਹੁੰਚੀ ਹੋਵੇ ਜਿਸ ਦੇ ਵਿੱਚ ਕੋਈ ਸੰਦੇਸ਼ ਦਿੱਤਾ ਗਿਆ ਹੋਵੇ ਕਿਸ ਤਰੀਕੇ ਨਾਲ ਹੁਣ ਇਸ ਵਕਤ ਜਗਤਾਰ ਸਿੰਘ ਹਵਾਰਾ ਇਸ ਮੋਰਚ ਨੂੰ ਦੇਖ ਰਹੇ ਦੇਖੋ ਜਿਹੜਾ ਇਹ ਸਮੇਂ-ਸਮੇਂ ਤੋਂ ਉਹਨਾਂ ਦੀਆਂ ਚਿੱਠੀਆਂ ਹੁੰਦੀਆਂ ਰਹੀਆਂ ਇਸ ਬਾਰੇ ਉਹਨਾਂ ਦੀ ਚਿੱਠੀ ਨੂੰ ਵੀ ਹੁਕਮ ਮੰਨ ਕੇ ਇਹ ਸੰਗਤਾਂ ਐਡਾ ਬੜਾ ਸਾਥ ਦੇ ਰਹੀਆਂ ਕਿਉਂਕਿ ਉਹਨਾਂ ਦਾ ਅੱਜ ਵਰਲਡ ਲੈਵਲ ਤੇ ਇੰਨਾ ਸਤਕਾਰ ਹੈ ਜੋ ਵੀ ਉਹ ਹੁਕਮ ਕਰਦੇ ਆ ਉਹਨੂੰ ਸਿਰ ਮੱਥੇ ਮੰਨਦੇ ਆ ਇਸ ਕਰਕੇ ਉਹਨਾਂ ਦੀ ਚਿੱਠੀ ਦੇ ਸਨੇਹ ਰਾਈ ਹੈ ਸੰਗਤਾ ਇਸ ਚ ਕੌਮੀ ਇਨਸਾਰ ਮੋਰਚੇ ਸਾਦੇ ਰਹੀ ਹੈ ਕੀ ਲੱਗਦਾ ਹੈ ਕਿ ਜੇਕਰ ਜਿਹੜੀਆਂ ਮੰਗਾਂ ਤੁਸੀਂ ਲੈ ਕੇ ਚੱਲੇ ਹੋ ਜੇਕਰ ਉਹ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕੀ ਇਸ ਮੋਰਚੇ ਦਾ ਰੁਖ ਤਿੱਖਾ ਕੀਤਾ ਜਾਊਗਾ ਕਿਸ ਤਰੀਕੇ ਨਾਲ ਅੱਗੇ ਵਧਿਆ ਜਾਊਗਾ ਦੇਖੋ ਜੀ ਇੱਕ ਅਸੀਂ ਇੱਕ ਤਾਲਮੇਲ ਕਮੇਟੀ ਬਣਾਈ ਹੈ ਸਾਰੀ ਜਥੇਬੰਦੀ ਚੋਂ ਇੱਕ ਇੱਕ ਨਮਾਇੰਦਾ ਲੈ ਕੇ ਜੋ ਵੀ ਅੱਗੇ ਕਾਰਵਾਈ ਹੋਏਗੀ ਡੈਲੀ ਦੀ ਉਸ ਤਾਲਮੇਲ ਕਮੇਟੀ ਦੀ ਮੀਟਿੰਗ ਕਰਕੇ ਵਿਚਾਰ ਕਰਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਕੋਈ ਮੋਰਚੇ ਦਾ ਰੁਖ ਬਦਲਣਾ ਹੋਇਆ ਜੋ ਕਰਨਾ ਹੋਇਆ ਉਹ ਸਾਰਿਆਂ ਦੀ ਸਲਾਹ ਨਾਲ ਹੀ ਕੀਤਾ ਜਾਵੇ ਕਿੰਨੇ ਜਥੇਬੰਦੀਆਂ ਨੇ ਇਸ ਮੋਰਚੇ ਦੇਖੋ ਹੁਣ ਤਾਂ ਅਣਗਿਣਤ ਹੋ ਗਈਆਂ ਪਹਿਲੇ ਦਿਨ ਤਕਰੀਬਨ 37 ਜਥੇਬੰਦੀਆਂ ਸੀ ਜਿਨ੍ਹਾਂ ਨੇ ਸਾਨੂੰ ਲਿਖਤੀ ਰੂਪ ਵਿੱਚ ਸਹਿਮਤੀ ਦਿੱਤੀ ਪਰ ਉਸ ਤੋਂ ਬਾਅਦ ਅਣਗਿਣਤ ਜਥੇਬੰਦੀਆਂ ਗੈਰ ਸਿੱਖ ਜਥੇਬੰਦੀਆਂ ਮੁਸਲਮ ਜਥੇਬੰਦੀਆਂ ਜਿਹੜੀਆਂ ਇਸ ਮੋਰਚੇ ਦੀ ਸਪੋਰਟ ਕਰ ਰਹੀ ਹੈ ਐਮਪੀ ਸਿਮਰਜੀਤ ਸਿੰਘ ਮਾਨਵੀ ਦੇ ਵਿੱਚ ਆਉਣਗੇ ਬਿਲਕੁਲ ਆ ਰਹੇ ਹਾਂ ਜੀ ਆ ਰਹੇ ਹਾਂ ਉਹ ਹਾਜ਼ਰੀ ਲਾਉਣਗੇ ਚੰਨ ਬਾਬੂ ਕੋ ਚੰਨ ਸਿੰਘ ਜੋ ਕਿ ਸਿੱਧੇ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ 7 ਤਰੀਕ ਨੂੰ ਜਿਹੜਾ ਕੌਮੀ ਜਿਹੜਾ ਮੋਰਚਾ ਜਿਹੜਾ ਉਹ ਲਗਾਇਆ ਜਾਏਗਾ ਜਿਹੜਾ ਗੁਰਦੁਆਰਾ ਆਮ ਸਾਹਿਬ ਜਿਹੜਾ ਹੈ 7 ਤਰੀਕ ਨੂੰ ਜਿਹੜਾ ਪੁੱਜਿਆ ਜਾਊਗਾ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਵੱਲੋਂ ਕੂਚ ਕੀਤਾ ਜਾਏਗਾ ਤੇ ਜਿੱਥੇ ਪ੍ਰਸ਼ਾਸਨ ਰੁਕੇ ਰੋਕੇਗਾ ਉੱਥੇ ਜਿਹੜਾ ਮੋਰਚਾ ਲਗਾ ਦਿੱਤਾ ਜਾਏਗਾ ਤੇ ਜਿਹੜੀਆਂ ਮੰਗਾਂ ਦੀ ਗੱਲ ਕਰ ਰਹੇ ਨੇ ਸਿੱਧੇ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਮੋਰਚਾ ਜਿਹੜਾ ਅੱਗੇ ਚੱਲਦਾ ਰਹੂਗਾ ਪਰ ਮੰਗਾਂ ਦੇ ਉੱਤੇ ਡਟੇ ਰਹਿਣਗੇ ਕ